ਧੰਨਵਾਦ ਹੇ ਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਉ ਮੈਂ ਕਿਆ ਮਾਂਗੂ ਕਿਛੁ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਧਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ ਬੰਧਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਿਰਪਾਲੂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ। ਤਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ, ਪੰਜ ਪਦਿਆਂ ਦਾ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਆਰੰਭ ਦੇ ਵਿੱਚ ਹੀ ਰਹਾਉ ਦੇ ਬੰਦ ਵਿੱਚ ਪਰਮਾਤਮਾ ਦੇ ਗੁਣ ਗਾਉਣ ਦੀ ਤਾਕੀਦ ਕਰਦੇ ਨੇ। ਪਰਮਾਤਮਾ ਦੇ ਗੁਣ ਮਨੁੱਖ ਗੁਰੂ ਤੋਂ ਬਿਨਾਂ ਗਾ ਨਹੀਂ ਸਕਦਾ, ਪਰ ਜਿਹੜੀਆਂ ਕਮਜ਼ੋਰੀਆਂ ਨੇ ਮਨੁੱਖੀ ਮਨ ਦੇ ਅੰਦਰ ਉਹ ਗਾਉਣ ਦਿੰਦੀਆਂ ਵੀ ਨਹੀਂ, ਇਸ ਕਰਕੇ ਗੁਰੂ ਦੀ ਲੋੜ ਹੁੰਦੀ ਹੈ। ਸਾਹਿਬ ਇਸ ਸ਼ਬਦ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਂਦਿਆਂ ਉਹ ਜਿਹੜੀਆਂ ਵਿਕਾਰੀ ਬਿਰਤੀਆਂ ਨੇ ਉਹ ਕਿਵੇਂ ਸ਼ਾਂਤ ਰਹਿੰਦੀਆਂ ਨੇ ਉਹਦਾ ਜ਼ਿਕਰ ਕਰਦੇ ਨੇ। ਔਰ ਸਾਹਿਬ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਉਹਦੇ ਬੇਅੰਤ ਜਨਮਾਂ ਦੇ ਬੇਅੰਤ ਪਾਪ ਕਰਮ ਜਿਹੜੇ ਨੇ ਉਹ ਮਿਟ ਜਾਂਦੇ ਨੇ। ਤਨਾਸਰੀ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਘਰ ਬਾਰਵਾਂ, ਬਾਰਵੇਂ ਘਰ ਦੇ ਵਿੱਚ ਇਹਨੂੰ ਗਾਇਨ ਦੀ ਤਾਕੀਦ ਹੈ। ਸਾਹਿਬ ਆਰੰਭ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਹੈ। ਪਰਮਾਤਮਾ ਇੱਕ ਹੈ,
ਜਿਹੜਾ ਸਰਵ ਵਿਆਪਕ ਸਾਰੀਆਂ ਤਾਕਤਾਂ ਦਾ ਮਾਲਕ ਹੈ, ਔਰ ਸਤਿਗੁਰੂ ਦੇ ਨਦਰੇ ਕਰਮ ਸਦਕਾ, ਉਹਦੀ ਰਹਿਮਤ ਸਦਕਾ, ਉਹਦੀ ਬਖਸ਼ਿਸ਼ ਸਦਕਾ ਉਸ ਪਰਮਾਤਮਾ ਦਾ ਐਕਸਪੀਰੀਅੰਸ ਕੀਤਾ ਜਾ ਸਕਦਾ। ਸਾਹਿਬ ਕਹਿੰਦੇ ਨੇ ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ ਰਹਾਓ। ਪਰਮਾਤਮਾ ਨੂੰ ਹਰ ਸਮੇਂ ਨਮਸਕਾਰ ਕਰੋ, ਉਹਦੇ ਅੱਗੇ ਝੁਕੋ ਔਰ ਉਹਦੇ ਗੁਣਾਂ ਦਾ ਗਾਇਨ ਕਰਦੇ ਰਹੋ। ਮਨੁੱਖ ਪਰਮਾਤਮਾ ਨੂੰ ਡੰਡੌਤ ਉਦੋਂ ਕਰੂਗਾ ਜਦੋਂ ਉਹ ਪਰਮਾਤਮਾ ਦੇ ਗੁਣਾਂ ਤੋਂ ਜਾਣੂ ਹੋਏਗਾ, ਉਹਦੀ ਸੱਤਾ ਤੋਂ, ਉਹਦੀ ਤਾਕਤ ਤੋਂ। ਹਮੇਸ਼ਾ ਮਨੁੱਖ ਦਾ ਸਿਰ ਉਸ ਹਸਤੀ ਵਾਸਤੇ ਝੁਕਦਾ ਹੈ ਜਿਹੜੀ ਹਸਤੀ ਉਹਦੇ ਅਨੁਭਵ ਦੇ ਵਿੱਚ ਉਹਦੇ ਨਾਲੋਂ ਤਾਕਤਵਰ ਹੁੰਦੀ ਹੈ। ਜਿਵੇਂ ਦੀ ਉਹਦੀ ਆਪਣੀ ਰੁਚੀ ਹੈ, ਉਹਦੇ ਅਕੋਰਡਿੰਗ ਉਸ ਹਸਤੀ ਦਾ ਜਿਹੜਾ ਕਿਰਦਾਰ ਹੈ, ਜਿਹੜਾ ਉਹਦਾ ਕੱਦ ਆ, ਉਹ ਕਿੰਨਾ ਉੱਚਾ ਹੈ, ਉਹ ਭਾਵ ਮਨੁੱਖ ਦੇ ਮਨ ਦੇ ਅੰਦਰ ਉਸ ਹਸਤੀ ਦੇ ਸਾਹਮਣੇ ਝੁਕਣ ਦੀ ਪ੍ਰੇਰਣਾ ਪੈਦਾ ਕਰਦਾ। ਤੋ ਸਾਹਿਬ ਕਹਿੰਦੇ ਨੇ ਵੀ ਪਰਮਾਤਮਾ ਜਿਹੜਾ ਉਹ ਸਭ ਤੋਂ ਵੱਡਾ ਉੱਚਾ, ਇਸ ਕਰਕੇ ਉਹਦੇ ਸਾਹਮਣੇ ਝੁਕਣਾ। ਪਰ ਪਰਮਾਤਮਾ ਅੱਗੇ ਮਨੁੱਖ ਦਾ ਝੁਕਣਾ ਜਿਹੜਾ ਉਹ ਇੰਨਾ ਸਹਿਜ ਨਹੀਂ ਜਿਵੇਂ ਅਸੀਂ ਸਮਝ ਲੈਂਦੇ ਹਾਂ। ਜਿੰਨਾ ਚਿਰ ਤੱਕ ਮਨੁੱਖ ਪਰਮਾਤਮਾ ਨੂੰ ਪਿਆਰ ਨਹੀਂ ਕਰਦਾ, ਜਾਂ ਐਵੇਂ ਕਹੀਏ ਵੀ ਉਹਦੇ ਗੁਣਾਂ ਤੋਂ ਜਾਣੂ ਨਹੀਂ, ਉਹ ਝੁਕੂਗਾ ਵੀ ਨਹੀਂ। ਔਰ ਜਿਹੜਾ ਨਹੀਂ ਝੁਕਿਆ ਉਹਦੀ ਪਹਿਚਾਣ ਕੀ ਹੈ? ਜਿਹੜਾ ਝੁਕ ਗਿਆ ਉਹਦੀ ਪਹਿਚਾਣ ਕੀ ਹੈ? ਜਿਹੜਾ ਨਹੀਂ ਝੁਕਿਆ ਉਹ ਆਪਣੇ ਮਨ ਦੇ ਪਿੱਛੇ ਦੌੜਦਾ, ਜਿਹਨੂੰ ਝੁਕਣ ਦੀ ਜਾਚ ਆਈ ਉਹ ਗੁਰੂ ਦੇ ਉਪਦੇਸ਼ ਪਿੱਛੇ ਜਾਂਦਾ। ਬਸ ਫਰਕ ਇੰਨਾ ਕੁ ਹੈ। ਤੋ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦੇ ਗੁਣ ਗਾਵੋ, ਸਰੀਰ ਸਿਰ ਤਾਂ ਝੁਕੂਗਾ, ਅਸੀਂ ਡੰਡਾਉ ਤਾਂ ਕਰਾਂਗੇ ਜੇ ਉਹਦੇ ਗੁਣਾਂ ਤੋਂ ਜਾਣੂ ਹਾਂ। ਤੋ ਗੁਣਾਂ ਤੋਂ ਜਾਣੂ ਕਰਵਾਉਂਦਾ ਗੁਰੂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ 52 ਅੱਖਰੀ 'ਚ ਸਲੋਕ ਆ ਜਿਹੜਾ ਅਸੀਂ ਹਮੇਸ਼ਾ ਮੰਗਲ ਰੂਪ ਦੇ ਵਿੱਚ ਪੜ੍ਹਦੇ ਹਾਂ। ਡੰਡਾਉ ਤੋ ਬੰਧਨ ਅਨਕਵਾਰ ਸਰਬ ਕਲਾ ਸਮਰੱਥ। ਹੁਣ ਤੈਨੂੰ ਵਾਰ ਵਾਰ ਡੰਡੌਤ ਕਿਉਂ ਆ? ਅਨੇਕ ਵਾਰ, ਕਿਉਂਕਿ ਤੂੰ ਸਰਵ ਕਲਾ ਸਮਰੱਥ ਹੈ। ਤੇਰੀ ਸਮਰੱਥਾ ਤੇ ਸਰਵ ਕਲਾ ਵਾਲੀ ਹੈ, ਸਾਡਾ ਨਿਸ਼ਚਾ ਹਲੇ ਇੰਨਾ ਦ੍ਰਿੜ ਨਹੀਂ। ਇਸ ਕਰਕੇ ਡੋਲਨ ਤੇ ਰੱਖ ਹੋ ਪ੍ਰਭੂ, ਅਸੀਂ ਤੇ ਡਿੱਗਦੇ ਢਹਿੰਦੇ ਰਹਾਂਗੇ। ਨਾਨਕ ਦੇ ਕਰ ਹੱਲ। ਉਸ ਪਰਮਾਤਮਾ ਅੱਗੇ ਜਦੋਂ ਕੋਈ ਝੁਕਦਾ ਹੈ ਤਾਂ ਉਹ ਆਪ ਇੰਨਾ ਨਿਰਮਾਣ ਅਵਸਥਾ ਦੇ ਵਿੱਚ ਅੰਦਰਲੇ ਤਲ 'ਤੇ ਉਹ ਆਪਣੀ ਹਸਤੀ ਨੂੰ ਜਾਣਦਾ ਹੈ, ਉਹ ਆਪਣੇ ਆਪ ਨੂੰ ਜਾਣਦਾ ਹੁੰਦਾ ਵੀ ਉਹ ਕੀ ਆ। ਮਨੁੱਖ ਦੇ ਅੰਦਰ ਡੋਲਣ ਦੀਆਂ ਬੇਅੰਤ ਸੰਭਾਵਨਾਵਾਂ ਨੇ ਪਿਛਾਂ ਜਾਣ ਦੀਆਂ, ਪਰਮਾਤਮਾ ਦੀ ਕਲਾ 'ਚ ਕਿਤੇ ਅਪੂਰਨਤਾ ਨਹੀਂ ਹੈਗੀ, ਕਿਤੇ ਊਣੀ ਨਹੀਂ ਹੈਗੀ ਉਹ। ਇਸ ਕਰਕੇ ਜਦੋਂ ਮਨੁੱਖ ਚਾਹੂਗਾ ਉਹਦੇ ਅੰਦਰ ਗੁਰੂ ਇਹ ਚੇਤਨਾ ਪੈਦਾ ਕਰੇਗਾ, ਐਵੇਂ ਕਹੀਏ ਵੀ ਜਦੋਂ ਮਨੁੱਖ ਦੇ ਅੰਦਰ ਚਾਹਤ ਪੈਦਾ ਹੋਊਗੀ ਗੁਰੂ ਆਪਣੀ ਰਹਿਮਤ ਸਦਕਾ ਉਹਦੇ ਅੰਦਰ ਓਨਾ ਵੱਡਾ ਭਾਵ ਪੈਦਾ ਕਰ ਦੂਗਾ ਜਿਹੜਾ ਉਹਨੂੰ ਪਰਮਾਤਮਾ ਦੇ ਸਾਹਮਣੇ ਝੁਕਾ ਦੇਗਾ, ਉਹਨੂੰ ਓਨਾ ਨਿਰਮਾਣ ਕਰ ਦੇਗਾ। ਤਾਂ ਸਾਹਿਬ ਕਹਿੰਦੇ ਨੇ ਇੱਕ ਸੰਭਵ ਕਿਵੇਂ ਹੋ ਸਕਦਾ ਹੈ? ਜਦੋਂ ਪਹਿਲਾਂ ਹੀ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਪਰਮਾਤਮਾ ਅੱਗੇ ਝੁਕੋ, ਉਹਨੂੰ ਨਮਸਕਾਰ ਕਰੋ, ਉਹਦੇ ਗੁਣ ਗਾਓ, ਤਾਂ ਸੱਚੇ ਪਾਤਸ਼ਾਹ ਅਸੀਂ ਕਿਵੇਂ ਗਾ ਸਕਦੇ ਹਾਂ? ਸਾਡੀ ਤਾਂ ਸਮਰੱਥਾ ਨਹੀਂ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਹੁਣ ਇਹ ਸ਼ਬਦ ਜਿਹੜਾ ਨਾ, ਇਹ ਪੋਜ਼ੀਟਿਵ ਸੈਂਸ 'ਚ ਹੈ ਇਹਦੇ ਬੋਲ, ਪਰ ਇਹ ਸ਼ਬਦ ਦੇ ਜਿਹੜੇ ਬੋਲ ਨੇ ਉਹ ਸਾਡੀ ਜਿਹੜੀ ਅਪਰੋਚ ਆ ਅਪਰਾਧ ਵਾਲੀ, ਉਹਨੂੰ ਨਾਲ ਲੈ ਕੇ ਮਹਾਰਾਜ ਪਰਮਾਤਮਾ ਦੀ ਸ਼ਕਤੀ ਜਾਂ ਗੁਰੂ ਦਾ ਜਿਹੜਾ ਬਲੈਸ ਆ ਉਹਨੂੰ ਵਡਿਆ ਕੇ ਪੇਸ਼ ਕਰਦੇ ਨੇ। ਜਦੋਂ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਸਾਡੇ ਮਨ 'ਚ ਉਸੇ ਟਾਈਮ ਭਾਵ ਪੈਦਾ ਹੋਊਗਾ ਵੀ ਸੱਚੇ ਪਾਤਸ਼ਾਹ ਐਡਾ ਦੇ ਵੱਡਾ ਐਕਸਪੀਰੀਅੰਸ ਸਾਡੇ ਕੋਲ ਹੈ ਨਹੀਂ, ਵੀ ਅਸੀਂ ਉਹਦੇ ਗੁਣ ਕਿਵੇਂ ਗਾ ਲਈਏ। ਤਾਂ ਸਾਹਿਬ ਕਹਿੰਦੇ ਨੇ ਪਰਮਾਤਮਾ ਜਦੋਂ ਬਖਸ਼ਿਸ਼ ਕਰਦਾ ਫਿਰ ਉਹ ਗੁਰੂ ਮਿਲਾ ਦਿੰਦਾ। ਵੱਡੇ ਭਾਗ ਭੇਟੇ, ਵੱਡੇ ਭਾਗ ਭੇਟੇ ਗੁਰ ਦੇਵਾ, ਗੁਰੂ ਮਿਲਿਆ। ਤੋ ਸੱਚੇ ਪਾਤਸ਼ਾਹ ਗੁਰੂ ਤਾਂ ਮਿਲ ਗਿਆ, ਸਾਡੇ ਅੰਦਰ ਤਾਂ ਅਪਰਾਧ ਬਹੁਤ ਨੇ, ਅਸੀਂ ਤਾਂ ਪਾਪੀ ਹਾਂ, ਸਾਡੇ ਅੰਦਰ ਤਾਂ ਬਹੁਤ ਕਮਜ਼ੋਰੀਆਂ ਨੇ। ਕੋਟ ਅਪਰਾਧ ਮਿਟੇ, ਹੁਣ ਇਹ ਅਪਰਾਧ ਕਿਹੜੇ ਨੇ ਜਿਹੜੇ ਸਾਡੇ ਅੰਦਰ ਨੇ, ਸਾਡੀ ਕਮਜ਼ੋਰੀ ਸਾਨੂੰ ਪਤਾ। ਹਰ ਸੇਵਾ, ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਮਿਲੂਗਾ
ਤਾਂ ਜਿਹੜੇ ਪਾਪ ਕਰਮ ਕਰਕੇ ਅੰਦਰ ਅਪਰਾਧ ਦੀ ਬਿਰਤੀ ਜਾਂ ਸੁਭਾਅ ਬਣਿਆ ਉਹਨੂੰ ਗੁਰੂ ਧੋ ਦੇਵੇਗਾ, ਉਹਦਾ ਨਾਸ਼ ਕਰ ਦੇਵੇਗਾ। ਔਰ ਉਹ ਮਨੁੱਖ ਫਿਰ ਪਰਮਾਤਮਾ ਦੀ ਸੇਵਾ ਕਰਨ ਦੇ ਯੋਗ ਹੋ ਜਾਊਗਾ, ਯਾਨੀ ਉਹਨੂੰ ਯਾਦ ਤਾਂ ਕਰ ਸਕੂਗਾ। ਅਸੀਂ ਜਿਵੇਂ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਹਾਂ ਨਾ, ਜਾਂ ਕਈ ਵਾਰੀ ਜਾਂ ਬਾਣੀ ਪੜ੍ਹਦੇ ਹਾਂ, ਸਾਨੂੰ ਐਵੇਂ ਲੱਗਦਾ ਵੀ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ। ਔਰ ਯਕੀਨਨ ਉਹ ਬਾਹਰੀ ਤੌਰ 'ਤੇ ਦੇਖੀਏ ਤਾਂ ਵੀ ਉਹ ਯਾਦ ਕਰਨਾ ਤਾਂ ਹੈ ਹੀ ਹੈ ਨਾ। ਤਾਂ ਯਾਦ ਉਹਨੂੰ ਹੀ ਕੀਤਾ ਜਾਂਦਾ ਜਿਹਨੂੰ ਭੁੱਲਿਆ ਜਾਏ, ਜਿਹਨੂੰ ਕੋਈ ਭੁੱਲਦਾ ਹੀ ਨਹੀਂ ਉਹਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਤਾਂ ਜੇ ਸੰਸਾਰੀ ਲੋਕਾਂ ਨੂੰ ਇਹ ਉਪਦੇਸ਼ ਆ ਵੀ ਤੁਸੀਂ ਯਾਦ ਕਰੋ, ਦੈਟ ਮੀਨਸ ਵੀ ਅਸੀਂ ਕਿਤੇ ਨਾ ਕਿਤੇ ਉਹਨੂੰ ਭੁੱਲਦੇ ਹੀ ਰਹਿੰਦੇ ਹਾਂ, ਉਹਨੂੰ ਵਿਸਾਰ ਦਿੰਦੇ ਹਾਂ। ਤਾਂ ਮਹਾਰਾਜ ਜਿਹੜੇ ਨੇ ਸੱਚੇ ਪਾਤਸ਼ਾਹ, ਉਹ ਸਾਨੂੰ ਫਿਰ ਜਗਾ ਦਿੰਦੇ ਨੇ, ਉਹ ਫਿਰ ਉਸ ਪਾਸਿਓਂ ਅਵੇਅਰ ਕਰਦੇ ਨੇ ਵੀ ਉਹਨੂੰ ਯਾਦ ਕਰੋ। ਔਰ ਕਿਉਂ ਯਾਦ ਕਰਨਾ? ਕਿਉਂਕਿ ਅਸੀਂ ਜਿਸ ਸਿਸਟਮ ਦੇ ਵਿੱਚ ਰਹਿੰਦੇ ਹਾਂ ਉਹ ਅਧੂਰਾ ਹੈ, ਜਿਹਨੂੰ ਯਾਦ ਕਰਨਾ ਉਹ ਪੂਰਾ ਹੈ। ਔਰ ਸਾਡੀ ਪੂਰਨਤਾ ਉਹਦੇ ਨਾਲ ਆ, ਜਿੱਥੇ ਅਸੀਂ ਜੀ ਰਹੇ ਹਾਂ ਜਿਸ ਧਰਾਤਲ 'ਤੇ ਉੱਥੇ ਪੂਰਨਤਾ ਨਹੀਂ। ਇੱਥੇ ਸੰਤਾਪ ਅਤੇ ਅਪਰਾਧ ਦੀ ਬਿਰਤੀ ਬਣੀ ਰਹੂਗੀ, ਉਹਦੇ ਵਿੱਚ ਮਰਜ਼ ਹੋਣ ਤੋਂ ਬਾਅਦ ਉਹ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਤਾਂ ਗੁਰੂ ਉਹ ਸ਼ਕਤੀ ਹੈ, ਉਹ ਤਾਕਤ ਹੈ। ਅਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਹੈ ਬਲ। ਇਹਨਾਂ ਦਾ ਤਾਕਤ ਇੰਨੀ ਵੱਡੀ ਆ, ਪਰ ਗੁਰੂ ਆਪਣੀ ਬਲੈਸ ਦੇ ਨਾਲ, ਆਪਣੀ ਰਹਿਮਤ ਦੇ ਨਾਲ, ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਆਪਣੇ ਵਸ 'ਚ ਕਰਾ ਦਿੰਦਾ। ਸਦਾ ਸੁੱਖ ਮਨ ਵਸੈ, ਫਿਰ ਮਨ ਦੇ ਵਿੱਚ ਸੁੱਖ ਵਸਦਾ, ਯਾਨੀ ਪਰਮਾਤਮਾ ਚੇਤੇ ਚਾਹੂਗਾ। ਦੁੱਖ ਸੰਸਾਰ ਹੈ ਖੋਵੈ, ਸੰਸਾਰ ਤੇ ਫਿਰ ਦੁੱਖਾਂ ਦਾ ਨਾਸ਼ ਕਰ ਦਿੰਦਾ। ਗੁਰ ਨਵ ਨਿੱਧ ਦਰਿਆਓ ਜਨਮ ਹਮ ਕਾਲਖ ਧੋਵੈ, ਜਨਮਾਂ ਜਨਮਾਂਤਰਾਂ ਦੀ ਕਾਲਖ ਧੋਣ ਦੀ ਸੱਤਿਆ ਰੱਖਦਾ ਗੁਰੂ। ਤਾਂ ਸਾਹਿਬ ਕਹਿੰਦੇ ਨੇ ਐਸੇ ਗੁਰੂ ਨੂੰ ਮਿਲਣ ਤੋਂ ਬਾਅਦ ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ ਔਰ ਉਹ ਚੇਤੇ 'ਚ ਰਹਿੰਦਾ। ਚਰਨ ਕਮਲ ਜਾਕਾ ਮਨ ਰਾਪੈ, ਸੱਚੇ ਪਾਤਸ਼ਾਹ ਜੇ ਗੁਰੂ ਦੇ ਉਪਦੇਸ਼ ਨਾਲ ਉਹਨੂੰ ਫਿਰ ਯਾਦ ਕਰਨ ਲੱਗ ਗਏ, ਫਿਰ ਕੀ ਹੋ ਜਾਏਗਾ? ਸਾਹਿਬ ਕਹਿੰਦੇ ਨੇ ਚਰਨ ਕਮਲ ਜਾਕਾ ਮਨ ਰਾਪੈ, ਰਾਪੈ ਦਾ ਮਤਲਬ ਹੁੰਦਾ ਜਿਹੜਾ ਜੁੜ ਗਿਆ, ਜਿਹੜਾ ਰਮ ਗਿਆ। ਸੋਗ ਅਗਨ ਤਿਸ ਜਨ ਨਾ ਵਿਆਪੈ, ਫਿਰ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ। ਇੱਥੇ ਸੋਗ ਅਗਨ ਦੀ ਮਹਾਰਾਜ ਨੇ ਗੱਲ ਕੀਤੀ। ਸੋਗ ਹੁੰਦਾ ਕਿਸੇ ਚੀਜ਼ ਦੀ ਨਾ ਪ੍ਰਾਪਤੀ 'ਤੇ ਮਨੁੱਖ ਜਦੋਂ ਸੰਤਾਪ ਹੰਡਾਉਂਦਾ, ਔਰ ਅਗਨ ਜਿਹੜੀ ਤਕਲੀਫ ਦਿੰਦੀ ਅੰਦਰ ਚੀਜ਼। ਤਾਂ ਸਾਹਿਬ ਕਹਿੰਦੇ ਨੇ ਜਦੋਂ ਪਰਮਾਤਮਾ ਦੇ ਨਾਲ ਜੁੜਨ ਦਾ ਉੱਦਮ ਹੋਇਆ ਗੁਰੂ ਦੀ ਰਹਿਮਤ ਸਦਕਾ ਔਰ ਮਨ ਜੁੜ ਗਿਆ, ਫਿਰ ਮਨੁੱਖ ਨੂੰ ਕਿਸੇ ਕਿਸਮ ਦੀ ਚਿੰਤਾ ਚੋਰਾ ਨਹੀਂ ਰਹਿੰਦੀ, ਉਹਨੂੰ ਕੋਈ ਅਫਸੋਸ ਨਹੀਂ ਰਹਿੰਦਾ। ਜੋ ਉਹਦੇ ਕੋਲ ਹੁੰਦਾ ਹੈ ਉਹਦੇ ਵਾਸਤੇ ਉਹ ਪਰਮਾਤਮਾ ਦਾ ਸ਼ੁਕਰ ਕਰਦਾ, ਜੋ ਉਹਦੇ ਕੋਲ ਨਹੀਂ ਹੁੰਦਾ ਉਹਦੇ ਵਾਸਤੇ ਉਹਦੇ ਮਨ 'ਚ ਕੋਈ ਲਾਲਸਾ ਨਹੀਂ ਹੁੰਦੀ। ਸਾਗਰ ਤਰਿਆ ਸਾਧੂ ਸੰਗੇ, ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਸਦਕਾ ਆ ਸੰਸਾਰ ਸਾਗਰ ਜਿਹੜਾ ਸੀ ਇਹ ਤਰਿਆ ਗਿਆ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਤਰਨ ਦੀ ਜਿਹੜੀ ਅਵਸਥਾ ਹੈ, ਹੁਣ ਮੰਨ ਲਓ ਕੋਈ ਮਨੁੱਖ ਨਾਮ ਜਪਣ ਲੱਗ ਜੇ ਗੁਰੂ ਦੇ ਉਪਦੇਸ਼ ਨਾਲ, ਪਰਮਾਤਮਾ ਦੀ ਇੰਨੀ ਰਹਿਮਤ ਹੋ ਜੇ, ਪਰਮਾਤਮਾ 'ਚ ਹੀ ਮਰਜ਼ ਹੋ ਜੇ, ਸੰਸਾਰ 'ਚ ਹੁਣ ਉਹ ਜੀਵਨ ਮੁਕਤ ਹੋ ਗਿਆ, ਸੰਸਾਰ ਤੋਂ ਤਰ ਗਿਆ, ਔਰ ਉਹਦੇ ਇਸ ਤਰਨ ਦੀ ਅਵਸਥਾ ਦੇ ਵਿੱਚ ਜਿਹੜੀ ਅੰਦਰ ਦਾ ਜਿਹੜਾ ਉਹਦਾ ਸਟੇਜ ਬਣੀ ਉਹਦੇ ਮਾਇੰਡ ਦੀ ਜਾਂ ਉਹਦੀ ਰੂਹ ਦੀ, ਉਹਦੇ ਵਿੱਚ ਹੁਣ ਹਰ ਸਮੇਂ ਨਿਰਭਉ ਨਾਮ ਜਪੋ ਹਰ ਰੰਗੇ, ਹਰ ਸਮੇਂ ਉਹ ਨਿਰਭਉ ਹੋ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ। ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਵੀ ਮਨੁੱਖ ਜਿੰਨਾ ਚਿਰ ਤੱਕ ਭਉ 'ਚ ਹੋਏਗਾ ਉਨਾ ਚਿਰ ਤੱਕ ਰੰਗਿਆ ਨਹੀਂ ਜਾ ਸਕਦਾ। ਜਦੋਂ ਜਿਹੜੇ ਜੀ ਨਾਮ ਅਭਿਆਸ ਕਰਦੇ ਨੇ ਨਾ, ਜੋ ਬਾਣੀ ਪੜ੍ਹਦੇ ਨੇ, ਉਸ ਪਾਸੇ ਜਾਣ ਦੇ ਯਤਨ 'ਚ ਹੁੰਦੇ ਨੇ, ਉਦੋਂ ਸਾਡੇ ਅੰਦਰ ਮਨ ਦੇ ਅੰਦਰ ਇੱਕ ਭੈ ਦਾ ਆਲਮ ਬਣਿਆ ਹੁੰਦਾ, ਹਮੇਸ਼ਾ ਹੀ ਹੈ। ਉਹ ਆਲਮ ਆ ਜਿਹੜੀਆਂ ਨੈਗੇਟਿਵ ਅਪਰੋਚਿਸ ਨੇ ਉਹਨਾਂ ਦੀ ਜਿਹੜੀ ਕਸ਼ਿਸ਼ ਆ ਉਹਦਾ, ਅਸੀਂ ਆਪਣੇ ਮਨ ਨੂੰ ਖਿੱਚ ਕੇ ਉਹਨਾਂ ਤੋਂ, ਉਹਦੇ ਤੋਂ ਹਟਾ ਕੇ ਅਸੀਂ ਵਾਹਿਗੁਰੂ 'ਚ ਜੋੜਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਉਹ ਵਾਹਿਗੁਰੂ ਦੇ ਰਾਹ ਦੇ ਵਿੱਚ ਆ ਕੇ ਸਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ 'ਚ ਹੁੰਦੀਆਂ ਨੇ।
ਜਿਹੜੀਆਂ ਸਾਡੇ ਸੁਭਾਅ ਦੇ ਅੰਦਰ ਪ੍ਰਵਿਰਤੀਆਂ ਨੇ, ਜਿਵੇਂ ਦੀ ਅਸੀਂ ਕਮਾਈ ਕੀਤੀ ਹੋਈ ਹੈ ਸਵੇਰੇ ਵੀ, ਜਿਵੇਂ ਵਿਚਾਰ ਸੀ ਕੋਈ ਕੰਮ ਬਾਰ ਬਾਰ ਕੀਤਾ ਜਾਏ ਉਹ ਸੰਸਕਾਰ ਬਣ ਜਾਂਦਾ, ਔਰ ਸੰਸਕਾਰ ਬਾਰ ਬਾਰ ਕੀਤੇ ਜਾਣ ਉਹ ਸੁਭਾਅ ਬਣ ਜਾਂਦਾ। ਤੋ ਮਨੁੱਖ ਦਾ ਸੁਭਾਅ ਬਣਦਾ, ਹਰ ਸ਼ੈ ਦਾ ਮਨੁੱਖ ਦਾ ਸੁਭਾਅ ਬਣਦਾ, ਔਰ ਜਿਵੇਂ ਦਾ ਉਹਦਾ ਸੁਭਾਅ ਹੋਏਗਾ ਉਵੇਂ ਦੀ ਖੁਰਾਕ ਲੱਭੂਗਾ ਉਹ ਸਿਸਟਮ 'ਚੋਂ। ਬੜੀ ਕਮਾਲ ਆ, ਐਸੇ ਸੰਸਾਰ ਨੂੰ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਰੂਪ ਆ। ਉਹਦੇ ਵਿੱਚ ਹੀ ਵਿਚਰਦਿਆਂ ਸਾਨੂੰ ਸਾਰੀ ਮਾਇਆ ਹੀ ਦਿਸਦੀ ਹੈ। ਬਾਬਾ ਕਹਿੰਦਾ ਵੀ ਹਰ ਸ਼ੈ ਦੇ ਵਿੱਚ ਪਰਮਾਤਮਾ ਮੌਜੂਦ ਆ, ਪਰ ਉਹਦੀ ਉਹਨੂੰ ਮਨੁੱਖ ਅਨੁਭਵ ਕਰ ਸਕਦਾ। ਅਸੀਂ ਜਿਹੜੀ ਸ਼ੈ ਨੂੰ ਤੱਕਦੇ ਹਾਂ ਉਹ ਸ਼ੈ ਦੀ ਆਈਡੈਂਟੀ, ਉਹਦੇ ਵਿੱਚ ਰਸ ਕੋਈ ਸਾਨੂੰ ਵੱਖਰਾ ਨਜ਼ਰ ਆਉਂਦਾ। ਉੱਥੇ ਥਿੜਕਣ ਆ, ਉੱਥੇ ਦੂਸਰੇ ਪਾਸੇ ਗੁਰੂ ਦੇ ਉਪਦੇਸ਼ ਵਾਲੇ ਪਾਸੇ ਸਥਿਰਤਾ ਹੈ, ਟਿਕਾ ਹੈ। ਤੋ ਸਾਹਿਬ ਕਹਿੰਦੇ ਨੇ ਜਦੋਂ ਮਨੁੱਖ ਅੰਦਰਲੇ ਧਰ 'ਤੇ ਨਿਰਭਉ ਹੋਏ, ਨਿਰਭਉ ਜਪੈ ਸਗਲ ਭਉ ਮਿਟੈ, ਤੋ ਨਿਰਭਉ ਦੇ ਨਾਲ ਜੁੜਨ ਵਾਸਤੇ ਜਦੋਂ ਯਤਨ ਹੋਇਆ ਫਿਰ ਦੂਸਰੇ ਭੈ ਜਿਹੜੇ ਨੇ ਭਉ ਜਿਹੜੇ ਨੇ ਉਹ ਡਰ ਦੂਰ ਹੋ ਗਏ। ਤੋ ਗੱਲ ਇਸ ਸੰਦਰਭ 'ਚ ਸਿਰਫ ਸਮਝਣ ਵਾਲੀ ਇਹ ਹੈ, ਜਦੋਂ ਜਪਾਂਗੇ ਪਰਮਾਤਮਾ ਨੂੰ, ਅਸੀਂ ਸਾਰੇ ਜਾਣਦੇ ਹਾਂ ਵੀ ਪਹਿਲਾਂ ਜਿਹੜੀ ਪ੍ਰੋਸੈਸ ਆ ਉਹ ਜ਼ੁਬਾਨ ਨਾਲ ਜਪਣ ਦਾ, ਗੁਰਬਾਣੀ ਵੀ ਪੜ੍ਹਨੀ ਹੈ ਅਤੇ ਬੋਲ ਕੇ ਪੜ੍ਹਦੀ, ਇਹ ਸਟਾਰਟਿੰਗ ਇੱਥੋਂ ਹੀ ਹੈ। ਚੁੱਪ ਨਹੀਂ, ਚੁੱਪ ਤਾਂ ਉਦਣ ਪੜ੍ਹਨ ਦੀ ਲੋੜ ਹੋਗੀ ਜਿੱਦਣ ਚੁੱਪ ਹੁੰਦਿਆਂ ਅੰਦਰੋਂ ਅੱਖਾਂ ਜਦੋਂ ਆ ਸ਼ਬਦ ਵਹਿੰਦੀਆਂ ਹੋਣ ਪਰ ਅੰਦਰ ਕੋਈ ਬੋਲਦਾ ਹੋਵੇ। ਸਤਸੰਗਤ ਜੀ ਆਹ ਗੱਲ ਬੜੀ ਧਿਆਨ 'ਚ ਰੱਖਣ ਵਾਲੀ ਹੈ, ਸਾਨੂੰ ਐਵੇਂ ਲੱਗਦਾ ਵੀ ਜਦੋਂ ਅਸੀਂ ਚੁੱਪ ਹੋ ਗਏ ਤਾਂ ਉਦੋਂ ਸੁਣ ਸਮਾਧ ਹੋ ਜਾਂਦੀ ਹੈ। ਚੁੱਪ ਹੋਣਾ ਸਿਰਫ ਆ ਜਿਹੜੀ ਬੋਲਦੀ ਹੈ ਨਾ ਜ਼ੁਬਾਨ, ਇਹਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਦੇ ਨੇ ਇਹਨੇ ਸਾਇਲੈਂਟ ਹੋਣਾ, ਪਰ ਲਫ਼ਜ਼ ਜਾਂ ਸਾਊਂਡ ਸਾਇਲੈਂਟ ਨਹੀਂ ਹੁੰਦੀ, ਉਹ ਬੋਲਦੀ ਹੈ, ਉਹਦੇ 'ਚੋਂ ਆਵਾਜ਼ ਆਊਗੀ ਆਊਗੀ। ਔਰ ਉਹ ਜਿੰਨਾ ਕੋਈ ਰੱਬ ਵਾਲੇ ਪਾਸੇ ਹੋਵੇ, ਮਨੁੱਖ ਉਹਦੇ ਪ੍ਰੇਮ 'ਚ ਜਿੰਨਾ ਹੋਵੇ, ਉਨੀ ਉਹਨੂੰ ਅੰਦਰੋਂ ਉਹ ਸਾਫ਼ ਸੁਣਾਈ ਦਿੰਦੀ, ਕਲੀਅਰ ਸੁਣਾਈ ਦਿੰਦੀ। ਬਸ ਆਹ ਫ਼ਰਕ ਇੰਨਾ ਕੁ ਹੈ। ਦੁਨੀਆਦਾਰ ਅਸੀਂ ਜਿਹੜੇ ਅਸੀਂ ਯੋਰ ਯੋਰ ਦੀ ਆਪਣੇ ਆਪ ਨੂੰ ਸੁਣਾਉਣ ਦੀ ਵੀ ਕੋਸ਼ਿਸ਼ ਕਰਦੇ ਪਰ ਸੁਣਦਾ ਨਹੀਂ, ਕਿਉਂਕਿ ਰੌਲਾ ਕੁਝ ਹੋਰ ਬੜਾ। ਪਰ ਰੱਬੀ ਪ੍ਰੇਮ 'ਚ ਜਿਵੇਂ ਜਿਵੇਂ ਸਾਡਾ ਜੁੜਨਾ ਬਣਦਾ ਹੈ, ਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਜੁੜਦੇ ਹਾਂ, ਉਵੇਂ ਉਵੇਂ ਸਾਡੀ ਜ਼ੁਬਾਨ 'ਤੇ ਬੰਦ ਹੋ ਜਾਂਦੀ ਹੈ, ਪਰ ਅੰਦਰੋਂ ਕੁਝ ਕੋਈ ਬੋਲਦਾ ਪਿਆ। ਜਿਹੜਾ ਬੋਲਦਾ ਉਹ ਫਿਰ ਕੰਨਾਂ ਨੂੰ ਬੜਾ ਸਾਫ਼ ਸੁਣਾਈ ਦਿੰਦਾ, ਔਰ ਉਹ ਜਿੰਨਾ ਪਿਆਰ ਵੱਧਦਾ ਜਾਏ ਉਨਾ ਜ਼ਿਆਦਾ ਸਾਫ਼ ਸੁਣਾਈ ਦਿੰਦਾ। ਇਹ ਸਮਝੋ ਵੀ ਸਿੱਧੀ ਜੀ ਨੇ ਕਹਾਣੀ ਹੈ, ਉਹ ਹੀ ਹੈ। ਆਹ ਜਿਹੜੀ ਮੋਬਾਈਲ ਦੀ ਰੇਂਜ ਨਹੀਂ ਆਉਂਦੀ ਹੁੰਦੀ, ਜਦੋਂ ਅਸੀਂ ਆਉਂਦੇ ਵੀ ਥੋੜ੍ਹੇ ਭਰਾਂ ਉਹ ਰੇਂਜ ਨਹੀਂ ਆਉਂਦੀ, ਰੇਂਜ ਨਹੀਂ ਆਉਂਦੀ, ਰੇਂਜ ਜਾਂ ਰੌਲਾ ਆਉਂਦਾ, ਉਹ ਰੇਂਜ ਜਿਹੜੀ ਕੁਨੈਕਸ਼ਨ ਆ, ਕੁਨੈਕਟੀਵਿਟੀ, ਜਦੋਂ ਜੁੜਨਾ। ਤੋ ਜੁੜਨਾ ਜਿੰਨਾ ਕਲੀਅਰ ਹੋਊਗਾ ਉਨਾ ਸਾਫ਼ ਸੁਣਾਈ ਦੇਊਗਾ, ਔਰ ਜਿਹੜੀ ਚੀਜ਼ ਜਿੰਨੀ ਸਾਫ਼ ਸੁਣਾਈ ਦੇ ਮਨੁੱਖ ਉਹਦੇ 'ਚ ਉਨਾ ਗਹਿਰਾ ਉਤਰਦਾ। ਇਹ ਸਾਡਾ ਸਾਰਿਆਂ ਦਾ ਹੀ ਐਕਸਪੀਰੀਅੰਸ। ਤੋ ਸਾਹਿਬ ਰਹਿਮਤ ਕਰਦੇ ਨੇ ਨਿਰਭਉ ਨਾਮ ਜਪੋ ਹਰ ਰੰਗੇ, ਤੂੰ ਪਰਮਾਤਮਾ ਦੀ ਬੋਲ ਸੁਣਨ ਅੰਦਰ, ਮਨ ਨਿਰਭਉ ਹੋਏ ਔਰ ਰੰਗਿਆ ਜਾਏ ਉਹਦੇ ਵਿੱਚ। ਉਹਦੇ ਵਾਸਤੇ ਕੀ ਲਾਜ਼ਮੀ ਹੈ? ਵੀ ਸਾਧੂ ਦੀ ਸੰਗਤ ਹੋਵੇ, ਗੁਰੂ ਦੀ ਗਾਈਡੈਂਸ ਹੋਵੇ, ਇਹ ਫਿਰ ਹੋ ਸਕਦਾ। ਜਿਨ੍ਹਾਂ ਨੇ ਗੁਰੂ ਗੁਰੂ ਜਪਿਆ ਹੋਵੇ ਉਹਨਾਂ ਦੀ ਗਾਈਡੈਂਸ ਹੋਵੇ, ਫਿਰ ਹੋ ਸਕਦਾ, ਆਪਣੇ ਆਪ ਹੁਦਰੇਪਨ ਨਾਲ ਨਹੀਂ। ਪਰ ਧੰਨ ਦੋਖ ਕਿਚ ਪਾਪ ਨਾ ਫੇੜੇ, ਸੱਚੇ ਪਾਤਸ਼ਾਹ ਜਦੋਂ ਨਿਰਭਉ ਹੋ ਕੇ ਅੰਦਰ ਜਪਣ ਦੀ ਜਾਂਚ ਆ ਗਈ, ਫਿਰ ਕੀ ਆ, ਜਿਹੜੀਆਂ ਨੈਗੇਟਿਵ ਅਪਰੋਚਿਸ ਨੇ, ਬੁਰੇ ਜਿਹੜੇ ਖਿਆਲ ਨੇ, ਬੁਰੀਆਂ ਜਿਹੜੀਆਂ ਗੱਲਾਂ ਨੇ, ਬੁਰੇ ਸਾਡੇ ਜਿਹੜੇ ਪਾਪ ਕਰਮ ਨੇ, ਜਿਹੜੀ ਸਾਡੀ ਪਹਿਲਾਂ ਵਾਲੀ ਕਮਾਈ ਆ, ਉਹ ਵਿੱਚ ਦਖਲ ਅੰਦਾਜ਼ੀ ਤਾਂ ਨਹੀਂ ਕਰੂਗੀ, ਉਹ ਸਾਨੂੰ ਡਿਸਟਰਬ ਤਾਂ ਨਹੀਂ ਕਰੂਗੀ। ਤੋ ਸਾਹਿਬ ਕਹਿੰਦੇ ਨੇ ਪਰ ਧੰਨ ਦੋਖ ਕਿਛ ਪਾਪ ਨਾ ਫੇੜੇ। ਫਿਰ ਪਰ ਧੰਨ, ਕਿਸੇ ਦੀ ਨਿੰਦਿਆ ਚੁਗਲੀ, ਕਿਸੇ ਦਾ ਬੁਰਾ ਸੋਚਣਾ ਜਾਂ ਕਰਨਾ, ਮਨ ਦੇ ਅੰਦਰ ਪਾਪ ਦਾ ਭਾਵ ਪੈਦਾ ਹੋਣਾ, ਮਹਾਰਾਜ ਕਹਿੰਦੇ ਨੇ ਉਹ ਕੋਲ ਢੁਕਣਗੇ ਵੀ ਨਹੀਂ, ਉਹ ਨੇੜੇ ਵੀ ਨਹੀਂ ਆ ਸਕਦੇ। ਜਮ ਜੰਦਾਰ ਨਾ ਆਵੇ ਨੇੜੇ, ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਸਿਰਫ ਉਹ ਬਲਕਿ ਜਮ ਦਾ ਭਉ ਵੀ ਜਿਹੜਾ ਉਹ ਵੀ ਕੋਲ ਨਹੀਂ ਹੋਊਗਾ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਪੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖਦੀ ਆ ਏਕਾ ਲਿਵਲਾਈ। ਉਹ ਜਦੋਂ ਰਾਮ ਨਾਮ ਦੀ ਔਸ਼ਧੀ ਦਿੰਦਾ, ਪਰਮਾਤਮਾ ਦੇ ਯਾਦ ਨੂੰ ਸਾਡੇ ਹਿਰਦੇ 'ਚ ਵਸਾਉਂਦਾ, ਫਿਰ ਅੰਦਰੋਂ ਜਿਹੜੀਆਂ ਬਿਮਾਰੀਆਂ ਨੇ ਨਾ ਪਹਿਲਾਂ ਬੜੀਆਂ ਪੁਰਾਣੀਆਂ, ਸਭ ਨਾਸ ਕਰ ਦਿੰਦਾ। ਤੋ ਸਾਹਿਬ ਕਹਿੰਦੇ ਨੇ ਉਹ ਬਿਮਾਰੀਆਂ ਸਦਕਾ ਅਤੇ ਜਮ ਦਾ ਭਾਉ ਵਿਆਪਦਾ, ਜਮ ਜੰਦਾਰ ਨਾ ਆਵੇ ਨੇੜੇ, ਜੇ ਉਸ ਤਰ੍ਹਾਂ ਜੁੜ ਗਏ ਫਿਰ ਨਹੀਂ ਆਉਂਦਾ ਨੇੜੇ। ਤ੍ਰਿਸ਼ਨਾ ਅਗਨ ਪ੍ਰਭਾਪ ਬੁਝਾਈ,
ਨਾਨਕ ਉਧਰੇ ਪ੍ਰਭ ਸਰਣਾਈ। ਤੋ ਸੱਚੇ ਪਾਤਸ਼ਾਹ ਜਿਹੜੀ ਜਿਉਣ ਦੀ ਤਮੰਨਾ ਹੈ, ਜਿਹੜੀਆਂ ਇੱਛਾਵਾਂ ਦੀ ਪੂਰਤੀ ਵਾਲਾ ਅੰਦਰ ਸੈਲਾਬ ਉਮੜਦਾ ਰਹਿੰਦਾ, ਉਹਦਾ ਵੀ ਕੋਈ ਸਲਿਊਸ਼ਨ ਹੋ ਜਾਊਗਾ ਜੇ ਜਪਣ ਲੱਗ ਗਿਆ ਕੋਈ ਐਵੇਂ? ਤੋ ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਉਹ ਤ੍ਰਿਸ਼ਨਾ, ਜਿਹੜੀ ਤ੍ਰਿਸ਼ਨਾ ਹੈ ਨਾ, ਵਾਸਨਾ, ਇੱਛਾ, ਇਹ ਮਨੁੱਖ ਦਾ ਜਨਮ ਕਰਾਉਂਦੀ। ਯੁਗ ਯੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਅਸੀਂ ਵਾਰ ਵਾਰ ਜਨਮ ਪਤਾ ਕਿਉਂ ਲੈਂਦੇ ਹਾਂ? ਸਾਡੇ ਅੰਦਰ ਕੁਝ ਇੱਛਾਵਾਂ ਜਿਹੜੀਆਂ ਨੇ ਉਹ ਅਪੂਰਨ ਰਹਿ ਜਾਂਦੀਆਂ। ਬਹੁਤਾ ਇਹਦੇ ਵਾਸਤੇ ਨਾ ਗਹਿਰਾ ਜਾਣ ਦੀ ਕੋਈ ਲੋੜ ਨਹੀਂ। ਵੀ ਜਿਵੇਂ ਅਸੀਂ ਕਈ ਵਾਰੀ ਜੀਵਨ ਦੀ ਗੱਲ ਕਰਦੇ ਹੁੰਦੇ ਹਾਂ ਨਾ, ਵੀ ਜੇ ਬੰਦਾ ਵੀ ਸਾਡਾ ਦੁਬਾਰੇ ਜਨਮ ਹੋਊਗਾ ਕਿ ਨਹੀਂ ਹੋਊਗਾ, ਵੀ ਐਵੇਂ ਅਸੀਂ ਕਿਸ ਦਿਸ਼ਾ ਦੇ ਵਿੱਚ ਜਾਵਾਂਗੇ, ਇਹ ਕਿਸੇ ਨੂੰ ਹੱਥ ਉੱਤ ਵਿਖਾਉਣ ਦੀ ਬਹੁਤੀ ਲੋੜ ਨਹੀਂ। ਜੇ ਕੋਈ ਗੁਰਬਾਣੀ ਪੜ੍ਹਦਾ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਵੀ ਕਹਾਣੀ ਕਿੱਥੇ ਹੈ, ਕਿਉਂਕਿ ਮਹਾਰਾਜ ਵਾਰ ਵਾਰ ਹੀ ਉਹ ਚੀਜ਼ਾਂ ਦੱਸਦੇ ਨੇ ਵੀ ਲਾਈਫ ਦੀ ਪ੍ਰੋਗਰੈਸ ਜਿਹੜੀ ਆ ਉਹ ਫਾਈਨਲੀ ਗੋਡ 'ਚ ਮਰਜ ਹੋਣਾ। ਉਸ ਤੋਂ ਪਹਿਲਾਂ ਤਾਂ ਪ੍ਰੋਸੈਸ ਹੀ ਹੈ। ਜੇ ਮਨੁੱਖ ਦਾ ਉਹ ਸਾਤਵਿਕ ਪ੍ਰੋਸੈਸ ਹੈ, ਦੈਟ ਮੀਨਸ ਵੀ ਜੇ ਉਹ ਫਾਈਨਲ ਨਹੀਂ ਹੋਇਆ ਤਾਂ ਉਹਨੂੰ ਲਾਈਫ ਮਿਲੂਗੀ 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 ਜਿੰਨਾ ਚਿਰ ਤੱਕ ਉਹ ਫਾਈਨਲ ਨਹੀਂ ਹੁੰਦਾ। ਪਰ ਉਸ ਲਾਈਫ ਦਾ ਜਿਹੜਾ ਇੱਕ ਤਾਂ ਹੋਈ ਜਿਹੜੀ ਡਿਵਾਈਨ ਲਾਈਫ, ਦੂਸਰੀ ਵੀ ਜੇ ਮਨੁੱਖ ਦੇ ਅੰਦਰ ਹਾਲੇ ਵਾਸਨਾਵਾਂ ਜਿਉਂਦੀਆਂ ਨੇ ਤਾਂ ਵਾਸਨਾਵਾਂ ਵੀ ਜਨਮ ਕਰਵਾਉਣਗੀਆਂ ਕਰਵਾਉਣਗੀਆਂ। ਜੋ ਅਧੂਰਾ ਰਹਿ ਗਿਆ ਜਦੋਂ ਸਵਾਸ ਪੂਰੇ ਹੋ ਗਏ ਔਰ ਅੰਦਰ ਕੁਝ ਇੱਛਾਵਾਂ ਜਿਉਂਦੀਆਂ ਨੇ ਹਾਲੇ, ਉਹ ਤਾਂ ਨਾਲ ਹੀ ਰੂਹ 'ਤੇ ਚਲੀਆਂ ਜਾਣਗੀਆਂ। ਇਸ ਕਰਕੇ ਉਹਨਾਂ ਦੀ ਉਹ ਲਾਲਸਾ ਬਣੀ ਰਹੂਗੀ, ਤਾਂ ਹੀ ਆ ਜਨਮ ਮਰਨ ਦਾ ਚੱਕਰ ਜਿਹੜਾ ਨਿਰੰਤਰ ਚੱਲਦਾ ਰਹਿੰਦਾ। ਤੋ ਮਹਾਰਾਜ ਕਹਿੰਦੇ ਨੇ ਉਹ ਵਾਸਨਾਵਾਂ ਨੂੰ ਠੱਲ ਪਾਊਗਾ ਗੁਰੂ ਦਾ ਨਾਮ, ਪਰਮੇਸ਼ਵਰ ਦੀ ਯਾਦ। ਮਨ ਜਿਹੜਾ ਨਾ ਸਾਧ ਸੰਗਤ ਜੀ, ਰੂਹ ਐਵੇਂ ਜਨਮ ਜਨਮਾਂਤਰਾ ਤੱਕ ਇਸ ਪ੍ਰੋਸੈਸ 'ਚ ਰਹਿੰਦੀ ਹੋਈ ਕਿਸੇ ਜਨਮ 'ਚ ਜਾ ਕੇ ਇੰਨੀ ਫਿਰ ਜਾਗ ਜਾਂਦੀ ਹੈ, ਜਦੋਂ ਫਿਰ ਭਗਤ ਜੀ ਕਹਿੰਦੇ ਨੇ ਵੀ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਿਤੇ ਜਾ ਕੇ ਫਿਰ ਆਤਮਾ ਇੰਨੀ ਅਵੇਅਰ ਹੋ ਜਾਂਦੀ। ਉਸ ਤੋਂ ਪਹਿਲਾਂ ਉਸ ਪ੍ਰੋਸੈਸ 'ਚ ਹੀ ਰਹਿੰਦੀ ਹੈ, ਔਰ ਉਹ ਪ੍ਰੋਸੈਸ ਦੇ ਵਿੱਚ ਰਹਿੰਦਿਆਂ ਵਾਧਾ ਉਹਨਾਂ ਦਾ ਹੁੰਦਾ ਜਿਨ੍ਹਾਂ ਦੀ ਕਸ਼ਿਸ਼ ਪਰਮਾਤਮਾ ਵਾਲੇ ਪਾਸੇ ਹੁੰਦੀ ਹੈ, ਜਿਨ੍ਹਾਂ ਦੀ ਵਾਸਨਾਵਾਂ ਵਾਲੇ ਪਾਸੇ ਹੁੰਦੀ ਹੈ ਉਹ ਵਾਸਨਾਵਾਂ ਵਾਲੇ ਪਾਸੇ ਨੈਗੇਟਿਵ ਅਪਰੋਚਿਸ ਦੇ ਵਿੱਚ ਰਹਿੰਦੇ ਨੇ, ਔਰ ਉਹ ਵੀ ਜੀਵਨ ਜਿਉਂਦੇ ਨੇ ਪਰ ਉਹਨਾਂ ਕੋਲ ਗੁਰੂ ਕੋਲ ਆਉਣ ਦੀ ਓਪਰਚੁਨਿਟੀ ਨਹੀਂ ਹੁੰਦੀ, ਨਾ ਉਹਦਾ ਨਾਮ ਜਪਣ ਦੀ, ਨਾ ਹੀ ਉਹਦੇ ਕੋਲ ਉਹਦੀ ਸੰਗਤ ਕਰਕੇ ਰੱਬ ਦੇ ਉਪਦੇਸ਼ ਵਾਲੇ ਪਾਸੇ ਜਾਣ ਨੂੰ। ਤੋ ਸਾਹਿਬ ਇਸੇ ਕਰਕੇ ਸੰਗਤ ਨੂੰ ਵੱਡਾ ਕਹਿੰਦੇ ਨੇ, ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਦੇ ਉਹ ਮਹਾਰਾਜ ਜੀ ਦੀ ਹਜ਼ੂਰੀ 'ਚ ਆਉਂਦੇ ਨੇ ਅਤੇ ਉਹਦੇ ਬੋਲ ਸੁਣਦੇ ਨੇ। ਉਦੋਂ ਵੀ ਵੱਡੀ ਬਖਸ਼ਿਸ਼ ਦੇ ਪਾਤਰ ਉਹ ਨੇ ਜਿਹੜੇ ਬੋਲ ਸੁਣ ਕੇ ਜਿਨ੍ਹਾਂ ਦੇ ਹਿਰਦਿਆਂ ਦੇ ਉੱਤੇ ਬੋਲ ਚੋਟ ਕਰਦੇ ਨੇ, ਸੱਟ ਮਾਰਦੇ ਨੇ, ਔਰ ਜਿਹੜੇ ਉਹ ਸੱਟਾਂ ਸਹਾਰਨੀਆਂ ਸਿੱਖ ਜਾਂਦੇ ਨੇ ਆਪਣੇ ਆਪ ਨੂੰ, ਫਿਰ ਉਹ ਮਹਿਸੂਸ ਕਰਦੇ ਨੇ ਵੀ ਵਾਕਿਆ ਹੀ ਕਿਤੇ ਨਾ ਕਿਤੇ ਉਹ ਥਿੜਕੇ ਹੋਏ ਨੇ, ਉਹਨਾਂ ਦੇ ਅੰਦਰ ਫਿਰ ਅਰਦਾਸ ਪੈਦਾ ਹੁੰਦੀ, ਫਿਰ ਉਹਨਾਂ ਦੇ ਅੰਦਰ ਤਰਲਾ ਪੈਦਾ ਹੁੰਦਾ, ਉਹ ਫਿਰ ਗੁਰੂ ਕੋਲ ਫਿਰ ਲਿਲਕਲੀਆਂ ਲੈਂਦੇ ਨੇ, ਸਾਹਿਬ ਰਹਿਮਤ ਕਰਕੇ ਉਹਨਾਂ ਦੇ ਅੰਦਰ ਫਿਰ ਸ਼ਬਦ ਦਾ ਪ੍ਰਕਾਸ਼ ਕਰਦੇ ਨੇ। ਸ਼ਬਦ ਅੰਦਰ ਜਦੋਂ ਪ੍ਰਕਾਸ਼ਮਾਨ ਹੁੰਦਾ ਹੈ ਫਿਰ ਉਹ ਉਹਨਾਂ ਦੀ ਹਕੀਕਤ ਨੂੰ ਉਹਨਾਂ ਦੇ ਰੂਬਰੂ ਰੱਖਦਾ ਹੈ ਵੀ ਤੁਸੀਂ ਹੋ ਕੀ, ਔਰ ਉਸ ਹੋਣ ਤੋਂ ਮਨੁੱਖ ਗੁਰੂ ਦੇ ਵਾਲੇ ਪਾਸੇ ਜਿੰਨਾ ਫਿਰ ਤੁਰਦਾ ਉਹ ਪ੍ਰੋਸੈਸਿੰਗ ਉਹਨੂੰ ਇਸ ਹੱਦ ਤੱਕ ਉਸ ਸ਼ਿਖਰ 'ਤੇ ਲੈ ਜਾਂਦੀ ਹੈ ਜਿੱਥੇ ਜਾ ਕੇ ਆਤਮਾ ਇੰਨੀ ਅਵੇਅਰ ਹੁੰਦੀ ਹੈ, ਉਹਨੂੰ ਇਹ ਮਹਿਸੂਸ ਹੁੰਦਾ ਵੀ ਇਹ ਜਨਮ ਜਿਹੜਾ ਹੈ ਇਹ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਹੀ ਹੁਣ ਰਵੇ, ਸਵਾਸ ਤੇਰੇ ਚਰਨਾਂ 'ਚ ਹੀ ਜੁੜੇ ਰਹਿਣ, ਸਵਾਸ ਸਵਾਸ ਤੇਰੇ ਚਰਨਾਂ ਨਾਲ ਜੁੜਨਾ ਬਣੇ। ਤਾਂ ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ। ਤੋ ਗੁਰੂ ਨੇ ਰਹਿਮਤ ਕੀਤੀ, ਪਰਮਾਤਮਾ ਦੇ ਲੜ ਲਾ ਦਿੱਤਾ, ਪਰਮਾਤਮਾ ਦੇ ਸਿਮਰਨ ਨੇ ਆਪਣੀ ਬਰਕਤ ਸਦਕਾ ਅੰਦਰੋਂ ਸਾਰੀਆਂ ਨੈਗੇਟਿਵ ਅਪਰੋਚਿਸ ਦਾ ਖਾਤਮਾ ਕਰ ਦਿੱਤਾ, ਨਿਰਭਉ ਬਣਾ ਦਿੱਤਾ ਉਸ ਜਨ ਨੂੰ। ਤੋ ਸਾਹਿਬ ਕਹਿੰਦੇ ਨੇ ਉਹ ਸੰਸਾਰ ਸਾਗਰ ਤੋਂ ਉਧਰ ਗਏ, ਪਾਰ ਹੋ ਗਏ। ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ, ਆਪਣੇ ਉਪਦੇਸ਼ ਸਦਕਾ ਸਾਡੇ ਅੰਦਰ ਮਨ ਨੂੰ ਜਾਗ ਲਾਉਂਦੇ ਨੇ, ਇਹ ਜਾਗ ਨਿਰੰਤਰ ਬਣੀ ਰਹੇ, ਅਸੀਂ ਸਾਹਿਬ ਦੇ ਬੋਲ ਸੁਣੀਏ, ਵਿਚਾਰੀਏ, ਉਹਦੇ ਚਰਨਾਂ 'ਚ ਆਉਣ ਦਾ ਸਾਡੇ ਅੰਦਰ ਉੱਦਮ ਬਣਿਆ ਰਹੇ, ਐਸੀ ਦਾਸ ਕਿਰਪਾਲੂ ਪਾਤਸ਼ਾਹ ਜੀ ਸਾਡੇ ਸਾਰਿਆਂ ਦੀ ਝੋਲੀ ਪਾਉਣ। ਫੁੱਲ ਚੁੱਕ ਦੀ ਖਿਮਾ, ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ, ਫੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।